ਸਟੂਡੈਂਟਸ, ਆਪਾਂ ਪਹਿਲਾਂ ਵਾਲੇ ਚੈਪਟਰ ਵਿੱਚ ਕੀਤਾ ਸੀ ਨਰੇਸ਼ਨ, ਅੱਜ ਆਪਾਂ ਸਟੂਡੈਂਟਸ ਕਰ ਰਹੇ ਹਾਂ ਵੋਇਸ। ਦੇਖੋ, ਇੱਕ ਹੁੰਦਾ ਐਕਟਿਵ ਵੋਇਸ, ਇੱਕ ਹੁੰਦਾ ਪੈਸਿਵ ਵੋਇਸ। ਪਹਿਲਾਂ ਇਹਦੀ ਡੈਫੀਨੇਸ਼ਨ ਸਮਝ ਲਓ ਪਿਆਰੇ ਵਿਦਿਆਰਥੀਓ। ਐਕਟਿਵ ਵੋਇਸ ਹੁੰਦਾ ਵੈਨ ਦਾ ਵਰਕ ਇਜ ਡਨ ਫਾਰ ਸਬਜੈਕਟ, ਉਹ ਐਕਟਿਵ ਵੋਇਸ ਹੁੰਦਾ ਜਦੋਂ ਕੰਮ ਕਰਤਾ ਲਈ ਕੀਤਾ ਜਾਂਦਾ ਹੈ। ਪੈਸਿਵ ਵੋਇਸ ਉਹ ਹੁੰਦਾ ਵੈਨ ਦਾ ਵਰਕ ਇਜ ਡਨ ਫਾਰ ਦਾ ਸਬਜੈਕਟ, ਜਦੋਂ ਕੰਮ ਕਰਤਾ ਲਈ ਕੀਤਾ, ਕਰਤਾ ਦੁਆਰਾ ਕੀਤਾ ਜਾਂਦਾ। ਅੰਡਰਸਟੈਂਡ? ਜਿਵੇਂ ਇਹਦਾ ਰੂਲ ਆਪਣੇ ਕੋਲ, ਪਹਿਲਾਂ ਸਬਜੈਕਟ ਹੁੰਦਾ ਫਿਰ ਵਰਬ ਹੁੰਦਾ ਫਿਰ ਓਬਜੈਕਟ ਹੁੰਦਾ, ਯਾਨੀ ਕਿ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਪਹਿਲਾਂ ਕਰਤਾ ਫਿਰ ਕਿਰਿਆ ਫਿਰ ਕਰਮ। ਹੁਣ ਦੇਖੋ ਰੂਲ ਇਹਦਾ ਬੇਟੇ ਕੀ ਹੈ, ਓਬਜੈਕਟ ਦਾ ਸਬਜੈਕਟ ਬਣ ਜੂ, ਸਬਜੈਕਟ ਦਾ ਵਾਏ ਲੱਗ ਕੇ ਓਬਜੈਕਟ ਬਣ ਜੂ। ਫਸਟ ਫੋਰਮ ਹੈ ਇਜ ਐਮ ਆਰਬ ਲੱਗਦਾ ਹੈ, ਸੈਕਿੰਡ ਫੋਰਮ ਹੈ ਵਾਜਵਰ ਵਿਲ ਜਾਂ ਸ਼ੈਲ ਲੱਗਿਆ, ਆਪਾਂ ਯੂਜ ਕਰਦੇ ਹਾਂ ਵਿਲ ਵੀ ਜਾਂ ਸ਼ੈਲ ਵੀ। ਇਵੇਂ ਇੱਕ ਇਜ ਐਮ ਆਰ ਲੱਗਿਆ ਪਲੱਸ ਫਸਟ ਫੋਰਮ ਪਲੱਸ ਆਈ ਐਨ ਜੀ ਲੱਗਿਆ, ਆਪਾਂ ਯੂਜ ਕਰਦੇ ਹਾਂ ਇਜ ਬੀਂਗ ਐਮ ਬੀਂਗ ਜਾਂ ਆਰ ਬੀਂਗ। ਵਾਜ ਜਾਂ ਵਰ ਲੱਗਿਆ ਅਤੇ ਪਹਿਲੀ ਫਾਰਨ ਆਈ ਐਨ ਜੀ ਲੱਗਿਆ, ਆਪਾਂ ਯੂਜ ਕਰਦੇ ਹਾਂ ਵਾਜ ਬੀਂਗ ਜਾਂ ਵਰ ਬੀਂਗ। ਅੰਡਰਸਟੈਂਡ? ਇਸ ਤੋਂ ਬਾਅਦ ਹੈਜ ਜਾਂ ਹੈਵ ਲੱਗਿਆ ਹੋਵੇ, ਆਪਾਂ ਯੂਜ ਕਰਦੇ ਹਾਂ ਹੈਜ ਬੀਨ ਜਾਂ ਹੈਵ ਬੀਨ। ਹੈਡ ਲੱਗਿਆ ਤਾਂ ਹੈਡ ਬੀਨ। ਅੰਡਰਸਟੈਂਡ? ਇਹ ਤੁਹਾਨੂੰ ਪਤਾ ਹੀ, ਉਹ ਲਿਖਣ ਦੀ ਲੋੜ ਨਹੀਂ। ਆਈ ਮੀਨ ਵਿੱਚ ਬਦਲਦਾ ਹੀ ਹਿਮ 'ਚ, ਸ਼ੀ ਹਰ 'ਚ, ਦੇ ਦੈਮ 'ਚ, ਬੂਈ ਅਸ ਵਿੱਚ। ਐਗਜੈਂਪਲ ਲੈ ਰਹੇ ਹਾਂ ਜਿਵੇਂ ਸ਼ੀ ਵਿਲ ਵਾਟਰ ਦਾ ਪਲਾਂਟਸ, ਇਹਦਾ ਬਣ ਗਿਆ ਦਾ ਪਲਾਂਟਸ। ਵਿਲ ਵੀ ਵਾਟਰਡ ਬਾਏ ਹਰ। ਦੇਖੋ ਕਿਵੇਂ ਬਣਿਆ, ਆਹ ਸਬਜੈਕਟ ਸੀ, ਵਰਬ ਸੀ, ਓਬਜੈਕਟ ਸੀ। ਓਬਜੈਕਟ ਦਾ ਸਬਜੈਕਟ ਬਣ ਗਿਆ ਵਿਲ ਜਾਂ ਸ਼ੈਲ ਲੱਗਿਆ, ਵਿਲ ਵੀ ਜਾਂ ਸ਼ੈਲ ਵੀ, ਵਾਟਰਡ ਬਾਏ ਹਰ। ਥੋੜ੍ਹਾ ਜਿਹਾ ਇਹ ਰੂਲ ਹੈ, ਆਈ ਅਤੇ ਬੂਈ ਨਾਲ ਸ਼ੈਲ ਲੱਗਦਾ, ਬਾਕੀਆਂ ਨਾਲ ਵਿਲ। ਜੇ ਆਪਾਂ ਵਿਲ ਸ਼ੈਲ ਲਾ ਦੇਵਾਂਗੇ ਕੋਈ ਗਲਤ ਨਹੀਂ ਹੁੰਦਾ। ਅੰਡਰਸਟੈਂਡ? ਇਦੂ ਬਾਅਦ ਜਿਵੇਂ ਆ ਗਿਆ ਕੋਲੰਬਸ ਡਿਸਕਵਰਡ ਅਮੈਰੀਕਾ, ਇਹਦਾ ਬਣ ਗਿਆ ਅਮੈਰੀਕਾ ਕਿਹਾ ਗਿਆ, ਅਮੈਰੀਕਾ ਡਿਸਕਵਰਡ, ਸੈਕਿੰਡ ਫੋਰਮ ਹੈ ਵਾਜਵਰ ਲੱਗ ਗਿਆ, ਅਮੈਰੀਕਾ ਵਾਜ ਡਿਸਕਵਰਡ ਬਾਏ ਕੋਲੰਬਸ। ਅੰਡਰਸਟੈਂਡ? ਇਸ ਤੋਂ ਬਾਅਦ ਇੰਪੈਰੀਟਿਵ ਸੈਂਟੈਂਸ ਹੁੰਦੇ ਹੈ, ਇਹ ਲੈਟ ਜਾਂ ਸ਼ੁੱਡ ਨਾਲ ਬਣਦੇ ਹੈ। ਇਹਨਾਂ ਨੂੰ ਤੁਸੀਂ ਜਿਵੇਂ ਓਪਨ ਦਾ ਡੋਰ, ਇਹ ਜਿਹੜੇ ਇੰਪੈਰੀਟਿਵ ਹੁੰਦੇ ਆ, ਪਹਿਲੀ ਫਾਰਮ ਨਾਲ ਸਟਾਰਟ ਹੁੰਦੇ ਹੈ, ਇਹ ਲੈਟ ਜਿਵੇਂ ਲੈਟ ਦਾ ਡੋਰ ਬੀ ਓਪਨਡ, ਨੰਬਰ ਵਨ। ਨੰਬਰ ਟੂ ਇਹ ਬਣ ਜੂ ਦਾ ਡੋਰ ਸ਼ੁੱਡ ਬੀ ਓਪਨਡ। ਇੱਕ ਇਦੂ ਬਾਅਦ ਥਰਡ ਹੈ ਆਪਣੇ ਕੋਲ, ਇਹਦਾ ਹੁਕਮ ਦਿੱਤਾ ਗਿਆ ਦਰਵਾਜ਼ਾ ਬੰਦ ਕਰ ਦਿਓ, ਯੂ ਆਰ ਆਰਡਰਡ ਟੂ ਓਪਨ ਦਾ ਡੋਰ। ਅੰਡਰਸਟੈਂਡ? ਪਲੀਜ਼ ਜਾਂ ਕੈਂਡਲੀ ਲੱਗਿਆ, ਆਪਾਂ ਯੂਜ ਕਰਦੇ ਹਾਂ ਯੂ ਆਰ ਰਿਕੁਐਸਟਡ ਟੂ, ਯੂ ਆਰ ਰਿਕੁਐਸਟਡ ਟੂ। ਜਿਵੇਂ ਪਲੀਜ਼ ਹੈਲਪ ਮੀ, ਸੈਂਟੈਂਸ ਆ ਗਿਆ ਪਲੀਜ਼ ਹੈਲਪ ਮੀ, ਇਹਦਾ ਬਣ ਗਿਆ ਯੂ ਆਰ ਰਿਕੁਐਸਟਡ ਟੂ ਹੈਲਪ ਮੀ। ਅੰਡਰਸਟੈਂਡ? ਹੂ ਵਾਲੇ ਸੈਂਟੈਂਸ ਦਾ ਬਾਏ ਹੂ ਬਣਦਾ ਹੈ, ਜਿਵੇਂ ਹੂ ਸਟੋਲ ਮਾਈ ਪੈੱਨ, ਇਹਦਾ ਬਣ ਗਿਆ ਬਾਏ ਹੂਮ ਸਟੋਲ ਸੈਕਿੰਡ ਫਾਰਮ ਹੈ ਵਾਜਵਰ, ਬਾਜ ਮਾਈ ਪੈੱਨ ਸਟੋਲਨ। ਅੰਡਰਸਟੈਂਡ ਬੇਟਾ? ਹੁਣ ਇਸ ਤੋਂ ਬਾਅਦ ਬਹੁਤ ਸੈਂਟੈਂਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਵਿੱਚ ਬਾਏ ਗੈਪ ਹੁੰਦਾ ਹੈ, ਜਿਵੇਂ ਆਪਾਂ ਨੂੰ ਕਹਿ ਦਈਏ ਹੀ ਹੈਜ ਬੀਨ ਪੁਨਿਸ਼ਡ, ਉਸਨੂੰ ਸਜ਼ਾ ਦਿੱਤੀ ਗਈ ਹੈ ਕਿਹਦੇ ਦੁਆਰਾ, ਟੀਚਰ ਦੁਆਰਾ, ਪ੍ਰਿੰਸੀਪਲ। ਜਿਵੇਂ ਦਾ ਟੀਚਰ ਹੈਜ ਜਾਂ ਬੀਨ ਜਾਂ ਹੈਵ ਬੀਨ ਲੱਗਿਆ ਹੈਜ ਹੈਵ, ਦਾ ਟੀਚਰ ਹੈਜ ਪੁਨਿਸ਼ਡ ਹਿਮ। ਅੰਡਰਸਟੈਂਡ ਪਿਆਰੇ ਵਿਦਿਆਰਥੀਓ? ਇਹ ਆਪਾਂ ਕੀਤੇ ਹੈ ਸਟਾਰਟਿੰਗ ਤੋਂ ਲੈ ਕੇ, ਅਤੇ ਜੋ ਰੂਲ ਰਹਿ ਗਏ, ਇੱਕ ਦੋ ਰੂਲ ਰਹਿ ਗਏ ਹੋਣਗੇ, ਉਹ ਆਪਾਂ ਨੈਕਸਟ ਐਪੀਸੋਡ ਵਿੱਚ ਕਰਾਂਗੇ। ਇਹਨਾਂ ਨੂੰ ਹੁਣ ਤੁਸੀਂ ਰੂਲਜ਼ ਨੂੰ ਧਿਆਨ ਨਾਲ ਲਿਸਨ ਕਰਨਾ, ਜੇ ਕੋਈ ਪ੍ਰੋਬਲਮ ਹੋਈ ਯੂ ਕੈਨ ਆਸਕ ਫਰੋਮ ਮੀ, ਮੈਂ ਤੋਂ ਪੁੱਛ ਸਕਦੇ ਹੋ। ਅਤੇ ਹੁਣ ਤੁਸੀਂ ਇਸ ਤੋਂ ਬਾਅਦ ਮੈਥ ਵਾਲਾ ਕੰਮ ਹੈ, ਜਿੰਨਾ ਤੁਸੀਂ ਵੱਧ ਤੋਂ ਵੱਧ ਸੈਂਟੈਂਸ ਬਣਾ ਕੇ ਦੇਖੋਗੇ ਫਰੋਮ ਐਕਟਿਵ ਟੂ ਪੈਸਿਵ, ਫਿਰ ਉਹ ਕਰਾਂਗੇ ਨੈਕਸਟ ਐਪੀਸੋਡ ਦੇ ਵਿੱਚ, ਆਪਾਂ ਜਿਹੜਾ ਰਹਿ ਗਏ ਇਹਦੇ ਪਾਰਟ ਉਹ ਕਰਾਂਗੇ। ਓਕੇ ਸਟੂਡੈਂਟਸ।